ਬਾਪੂ ਹਾਂ ਬਾਪੂ ਹਾਂ ਮੈਂ ਖੇਤੀਆਂ ਗੇੜਾ ਮਾਰਨ ਗਿਆ ਹੋਇਆ ਸੀ ਹਾਂ ਚੂਨਾ ਤੁਲ ਗਿਆ ਬਾਪੂ ਅੱਛਾ ਕਿੰਨਾ ਹੋ ਗਿਆ ਫਿਰ ਹੈ 60 ਮਣ ਸੌਂਖਾ ਹੈ ਸੱਚੀ ਬਾਪੂ ਫਿਰ ਆਪਣਾ ਕੀ ਬਣੂਗਾ ਆਪਾਂ ਤਾਂ 60000 ਰੁਪਏ ਠੇਕੇ ਤੇ ਵੀ ਲੈਤੀ ਸੀ 60 ਮਣੀ ਬਾਪੂ ਸਰਫੀ ਸੱਟ ਮਣ ਹਾਇ ਵਰਬਾ 60 ਮਣੀ ਇਹਦਾ ਕਣਕ ਤੇ ਵੀ ਘਟ ਗਿਆ ਕੀ ਹੋ ਗਿਆ ਜੱਟਾ ਹੈਂਕਰੀ ਜਨਾ ਕੁਛ ਨਹੀਂ ਯਾਰ ਬਾਪੂ ਨੂੰ ਫੋਨ ਕੀਤਾ ਸੀ ਕਹਿੰਦਾ ਚੋਨਾ 60 ਮਣੀ ਝੜਿਆ ਸਾਤੋਂ ਅਠੇਕਾ ਵੀ ਨਹੀਂ ਦੇ ਹੋਣਾ ਤੰਦਾਬ ਨੂੰ ਪਤਾ ਬਾੜੀ ਯਾਰ ਨੂੰ ਲੈਤੀ ਸੀ ਓਏ ਉੱਤੋਂ ਚੋਨਾ ਦਾ ਵੇਖਣ ਨੂੰ ਐ ਲੱਗਦਾ ਸੀਗਾ ਵੀ 100 ਮਣ ਹੋਊਗਾ ਮੈਂ ਤਾਂ ਚੋਨਾ ਖੜਾ ਦੇਖ ਕੇ ਵੀ ਵੀ ਲੈਂਦਾ 32 26 ਉਹ ਵੀ 100 ਰੁਪਿਆ ਕਿਲੋ ਐਨਾ ਮਹਿੰਗਾ 100 ਰੁਪਿਆ ਕਿਲੋ ਕੋਈ ਹੋਰ ਜਾਂ ਦੁਕਾਨਦਾਰ ਕਹਿੰਦਾ 70 ਮਾਣ ਚੜੂਗੀ ਮੈਂ ਕਿਹਾ ਚੱਲ ਲੈ ਲੈਨੇ ਅੱਛਾ ਓ ਮੈਂ ਚੋਨਾ ਤਾਂ ਤੂੰ ਮੇਰੇ ਵੇਖਿਆ ਹੀ ਸੀ ਹਾਂ ਵੇਖਿਆ ਸੀ ਮੈਂ ਤਾਂ ਕਸਰ ਵੀ ਕੋਈ ਨਹੀਂ ਛੱਡੀ ਸੇਵਾ ਵੀ ਬਹੁਤ ਕੀਤੀ ਰੀਜੈਂਟ ਪ੍ਰਦਾਨ ਜਿਹੜਾ ਵੀ ਫੰਗੀ ਸੈੱਟ ਸੀ ਮਹਿੰਗਾ ਤੇ ਮਹਿੰਗਾ ਫੰਗੀ ਸੈੱਟ ਕੀਤਾ ਦੁਕਾਨਦਾਰ ਕਹਿੰਦਾ ਸੀਗਾ 100 ਮਾਣ ਚੜੂਗਾ ਫੇਰ ਕੀ ਕਰਗੇ ਚੱਲ ਕੋਈ ਨਾ ਜੱਟਾ ਸਾਰਿਆਂ ਦੇ ਬਰਾਬਰ ਹੀ ਸਾਰਾਂ ਦੇ ਇੰਨੀ ਹੋਇਆ ਭਰਾਵਾ ਚੱਲ ਚੱਲ ਛੱਡ ਬਰੇ ਤੇਰਾ ਕਿੰਨਾ ਹੋ ਗਿਆ ਆਪਣੀ ਤਾਂ ਠਿੱਕ ਦੇ ਸੀ ਬਾਈ ਅੱਛਾ ਯਾਰ ਫੇਰ ਯਾਰ ਤੂੰ ਤਾਂ ਰਾਜਾ ਤੈਨੂੰ ਤਾਂ ਰਾਜਾ ਵੀ ਛੋੜ ਦੇ ਰਗੀ ਬਣਾਉਂਦੇ ਆ ਅਈ ਤਾਂ ਵਟ ਮਟ ਚੌਣ ਚੌਣ ਹਰ ਨੂੰ ਲੈਣਦੇ ਠੇਕੇ ਤੇ ਭਰਾਵਾ ਤੂੰ ਤਾਂ ਸਿਆਣਾ ਤੇਰੇ ਤੋਂ ਕਾਹਦਾ ਔਲਾ ਦਿਵਾਂਗ ਵੀ ਤਾਂ ਆਪਣੇ ਪਨ ਨਹੀਂ ਹੋਈ ਚੱਲ ਹੁਣ ਬਾਪੂ ਨੂੰ ਫੇਰ ਕਹਿ ਦਿੰਨੇ ਆ ਪੰਜ ਕਿਲੇ ਵੱਧ ਹੋਰ ਲੈ ਲਈ ਫਾ ਲੈ ਓ ਜੱਟਾ ਠੇਕੇ ਤਨ ਲੈਣਾ ਹਟੀ ਪੰਜ ਆਪ ਦੀ ਸਾਰੀ ਵਿਕ ਜੇ ਹੁਣ ਕੀਤਾ ਵੀ ਕੀ ਜਾ ਸਕਦਾ ਯਾਰ ਫੇਰ ਤਾਂ ਰੱਬ ਹੀ ਜਾਣੇ ਛੋੜਾ ਦਾ ਕੀ ਹਾਲ ਬਣੂਗਾ